ਦੇਖੀ ਜਾਨੇ ਮਿੱਤਰੋ ਆਹ ਆਪਣੀ ਕਣਕ ਹੈ ਤੇ ਕਣਕ ਦੇ ਵਿੱਚ ਸਮੱਸਿਆ ਕੀ ਹੈ ਆ ਤੁਸੀਂ ਖੁਦ ਦੇਖ ਰਹੇ ਹੋ ਬੈਂਗਣੀ ਜੇ ਰੰਗ ਦੇ ਤੱਬੇ ਪੈ ਰਹੇ ਐਸ ਦੇ ਵਿੱਚ ਥੋੜੀ ਸਮੱਸਿਆ ਘਟ ਹੈ ਦੇਖ ਰਹੇ ਹੋ ਐਸ ਰੋਗ ਦਾ ਨਾਮ ਕੀ ਹੈ ਪਹਿਲਾਂ ਇਹਨੂੰ ਫਿਊਜੇਰੀਅਮ ਪੱਤਾ ਦੱਬਾ ਰੋਗ ਆਖਿਆ ਜਾਂਦਾ ਸੀਗਾ ਠੀਕ ਹੈ ਮਿੱਤਰੋ ਤੇ ਉਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਥੋੜਾ ਸੰਸ਼ੋਧਨ ਕਰਕੇ ਸਟੈਗਨੋਸ ਪੋਰਾ ਲੀਫ ਤੇ ਗਲੋਮ ਬਲੋਚ ਨਾਮ ਰੱਖਤਾ ਗਲੋਮ ਬਲੋਚ ਗਲੋਮ ਦਾ ਮਤਲਬ ਹੁੰਦਾ ਸਾਥੀਓ ਕਵਰ ਤੇ ਬਲੋਚ ਦਾ ਮਤਲਬ ਹੁੰਦਾ ਸਾਥੀਓ ਦਾਗ ਤੇ ੱਬੇ ਤੇ ਤਾਂ ਕਰਕੇ ਨਾਮ ਤੋਂ ਸਪਸ਼ਟ ਪਤਾ ਲੱਗਦਾ ਹੈ ਦੱਸਿਆ ਗਿਆ ਇਹ ਤੇ ਇਹ ਜਿਹੜੇ ਲੱਛਣ ਆ ਇਹਦੇ ਜਾਮਨੀ ਰੰਗ ਦੇ ੱਬੇ ਜੇ ਬਣਦੇ ਐ ਤੇ ਭੂਰੇ ਰੰਗ ਦੇ ੱਬੇ ਵੀ ਬੱਲੀਆਂ ਦੇ ਉੱਤੇ ਦੇਖਣ ਨੂੰ ਮਿਲਦੇ ਐ ਤੇ ਬਹੁਤ ਜਿਆਦੇ ਮਾਤਰਾ ਦੇ ਵਿੱਚ ਦਿਖਾਈ ਦਿੰਦੇ ਆ ਹਰ ਕਣਕ ਦੇ ਵਿੱਚ ਤੇ ਕਿਹੜੀਆਂ ਕਿਹੜੀਆਂ ਕਣਕਾਂ ਤੇ ਇਹ ਰੋਗ ਆਇਆ 30 86 ਤੋਂ ਜ਼ਿਆਦਾ ਹੈ 28 52 ਤੋਂ ਜ਼ਿਆਦਾ ਹੈ 222 ਤੋਂ ਵੀ ਜ਼ਿਆਦਾ ਹੈ ਮਿੱਤਰੋ ਤੇ 187 ਜਿਹੜੀ ਡਬੀਡਬਲ ਦੀ ਉਸ ਤੇ ਵੀ ਇਹ ਰੋਗ ਜ਼ਿਆਦਾ ਹੈ ਇਹ ਜ਼ਿਆਦਾ ਕਿਸ ਚੀਜ਼ ਤੇ ਟੈਕ ਹੁੰਦਾ ਹੈ ਪੱਤਿਆਂ ਤੇ ਤੇ ਜਿਹੜਾ ਇਹਦੀ ਬਾਲੀ ਹੁੰਦੀ ਹੈ ਜਿਹਨੂੰ ਟੈਕਨੀਕਲ ਬਸਾ ਦੇ ਵਿੱਚ ਰੇਚੀ ਰੇਚੀ ਕਿਹਾ ਜਾਂਦਾ ਹੈ ਤੇ ਉਸ ਤੇ ਅਟੈਕ ਜ਼ਿਆਦਾ ਕਰਦਾ ਹੈ ਤੇਜ ਕਸੀਰ ਕਸੀਰਾਂ ਦੇ ਉੱਤੇ ਵੀ ਤੁਸੀਂ ਦੇਖ ਰਹੇ ਹੋ ਆ ਜਿਹੜੇ ਕਸੀਰ ਹੁੰਦੇ ਇਹਦੇ ਇਹਦੇ ਤੇ ਵੀ ਅਟੈਕ ਹੁੰਦਾ ਹੈ ਤੇ ਇਹਦੇ ਉੱਤੇ ਵੀ ਤੁਹਾਨੂੰ ਤਬੇ ਮਿਲਣਗੇ ਮਿੱਤਰੋ ਠੀਕ ਹੈ ਤੇ ਨੁਕਸਾਨ ਕੀ ਜ दाਣੇ ਦੇ ਵਿੱਚ ਜਿਹੜੇ ਦੁੱਧ ਉਹ ਘੱਟ ਬਣੂਗਾ ਮਿਲਕ ਘੱਟ ਬਣੂਗਾ ਤੇ ਦਾਣਾ ਪਿਚਕਿਆ ਹੋਇਆ ਰਹਿ ਜਾਊਗਾ ਦਾਣਾ ਛੋਟਾ ਰਹਿ ਜਾਊਗਾ ਤੇ ਦਾਣੇ ਜਿਹੜੇ ਬਾਦਰੰਗ ਹੋ ਜਾਣਗੇ ਬੇਰੰਗੇ ਜੇ ਹੋਣਗੇ ਇਹ ਬਿਮਾਰੀ ਕਿਹੜੇ ਖੇਤਾਂ 'ਚ ਮੇਨੂੰ ਨੁਕਸਾਨ ਕਰਦੀ ਹੈ ਜਿਹੜੇ ਖੇਤ ਦੇ ਵਿੱਚ ਬੂਰ ਆ ਕੇ ਹਜੇ ਚਲਿਆ ਨਹੀਂ ਗਿਆ ਹਜੇ ਬੂਰ ਹੈ ਤੇ ਦਬਾਉਣ ਆਪਾਂ ਦਾਣਾ ਉਹੋ ਦਬਦੇ ਆ ਉਹ ਤੋਂ ਰਸ ਨਿਕਲਦਾ ਹੈ ਦਾਣਾ ਜੇ ਦੱਬਾਂਗੇ ਉਹਦੇ ਚੋਂ ਅਗਰ ਰਸ ਨਿਕਲਦਾ ਹੈ ਤਾਂ ਸਾਥੀਓ ਮੰਨ ਲਓ ਵੀ ਨੁਕਸਾਨ ਹੋਊਗਾ ਨੁਕਸਾਨ ਭਾਰੀ ਮਾਤਰਾ ਦੇ ਵਿੱਚ ਹੋਊਗਾ ਤੇ ਜਿਹੜੇ ਦਾਣੇ ਦੀ ਸਟੇਜ ਆ ਡੱਫ ਸਟੇਜ ਦੇ ਵਿੱਚ ਉਹ ਸਥਿਤੀ ਹੋਗੀ ਡੱਫ ਸਟੇਜ ਦੇ ਵਿੱਚ ਆਪਣੇ ਨੁਕਸਾਨ ਘੱਟ ਹੁੰਦਾ ਹੈ ਪਰ ਕੀ ਹੈ ਸਾਥੀਓ ਐਸ ਤੇ ਹੁਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸਾਥੀ ਕਰ ਰਹੇ ਆ ਸਪਰੇਅ ਉਹ ਵੀ ਦੱਸਾਂਗੇ ਤੁਹਾਨੂੰ ਕਿਹੜੀ ਸਪਰੇਅ ਹੁਣ ਕਰੀ ਜਾਂਦੇ ਆ ਤੇ ਪਰ ਕੰਟਰੋਲ ਕਿਸ ਸਟੇਜ ਤੇ ਕਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਰੋਗ ਇਹ ਆ ਜੇ ਤੇ ਉਦੋਂ ਇਹ ਰੋਗ ਬਹੁਤ ਘੱਟ ਰੁਕਦਾ ਹੈ ਠੀਕ ਹੈ ਇਹ ਦੇ ਪ੍ਰੀਨੇਟਿਵ ਸਪਰੇਅ ਹੀ ਕਰਨੀ ਪੈਂਦੀ ਹੈ ਮਤਲਬ ਆਉਣ ਤੋਂ ਪਹਿਲਾਂ ਹੀ ਸਪਰੇਅ ਕੀਤੀ ਜਾਂਦੀ ਹੈ ਇਸ ਰੋਗ ਦੇ ਉੱਤੇ ਠੀਕ ਹੈ ਬਿਮਾਰੀ ਆ ਜੇ ਤੇ ਉਦੋਂ ਬਾਅਦ ਸਪਰੇਆਪਾ ਕਰਦੇ ਆ ਤਾਂ ਕੋਈ ਫਾਇਦਾ ਨਹੀਂ ਹੋਊਗਾ ਠੀਕ ਹੈ ਤੇ ਇਹਦਾ ਸਪਰੇਅ ਕਰਨ ਦਾ ਤੁਹਾਨੂੰ ਦੱਸਾਂ ਤਰੀਕਾ ਕੀ ਹੈ ਜਦੋਂ ਆਪਣੇ ਝੰਡਾ ਪੱਤਾ ਬਾਹਰ ਨਿਕਲਦਾ ਉਦੋਂ ਹੀ ਸਪਰੇਅ ਕਰੋ ਪਰ ਆਪ ਨੂੰ ਉਹ ਸਮੇਂ ਰੋਗ ਦਾ ਕਿਵੇਂ ਪਤਾ ਲੱਗੋ ਵੀ ਰੋਗ ਆ ਗਿਆ ਜਿਹੜੇ ਖੇਤਾਂ ਦੇ ਵਿੱਚ ਹੁਣ ਤੁਸੀਂ ਦੇਖ ਲਓ ਰੋਗ ਆਇਆ ਹੈ ਉਹ ਅਗਲੇ ਕਿਹੜੇ ਸਾਥੀ ਧਿਆਨ ਰੱਖਣਾ ਝੰਡਾ ਪੱਤਾ ਜਦੋਂ ਨਿਕਲਦਾ ਉਦੋਂ ਸਪਰੇਅ ਕਰਨੀ ਇਹਦੇ ਵਿੱਚ ਜ਼ਰੂਰੀ ਨਹੀਂ ਸਪਰੇਅ ਕਿਹੜੀ ਕਰਨੀ ਹੈ ਸਾਥੀਓ ਇਹ ਤਾਂ ਆਪਾਂ ਜ਼ੋਲ ਗਰੁੱਪ ਦਾ ਜਿਹੜਾ ਟੈਬੂਕਿਨਾਂ ਜ਼ੋਲ, ਪ੍ਰੋਪੀਕੋਨਾਂ ਜ਼ੋਲ, ਟਿਲਟ ਜੋ ਵੀ ਕੋਈ ਜ਼ੋਲ ਗਰੁੱਪ ਦਾ ਸਾਲਟ ਆਉਂਦਾ ਫੰਗੀਸਾਈਡ ਦੇ ਵਿੱਚ ਉਹ ਕਰ ਸਕਦੇ ਆ ਤੇ ਸਟ੍ਰੋਬੀਨ ਗਰੁੱਪ ਦੇ ਵਿੱਚ ਜਿਹੜੇ ਵੀ ਸਾਲਟ ਹੁੰਦੇ ਆ ਆਪਾਂ ਉਹਨਾਂ ਯੂਜ਼ ਕਰ ਸਕਦੇ ਆ ਤੇ ਇਹਨਾਂ ਨੂੰ ਮਿਕਸ ਕਰਕੇ ਵੀ ਆਪਾਂ ਯੂਜ਼ ਕਰ ਸਕਦੇ ਆ ਇਹ ਰੋਗ ਆਉਂਦਾ ਕਿਉਂ ਹੈ ਕੀ ਸਮੱਸਿਆ ਰੋਗ ਦੇ ਵਿੱਚ ਆਉਂਦਾ ਕੀ ਮਤਲਬ ਹੈ ਜੇ ਤਾਪਮਾਨ ਆਪਣੇ ਹੁੰਦਾ 20 ਤੋਂ ਲੈ ਕੇ 28 ਡਿਗਰੀ ਤੱਕ ਠੀਕ ਹੈ ਹਵਾ ਦੇ ਵਿੱਚ ਨਮੀ ਬਾਬਾ ਹੋ ਜਾਂਦੀ ਹੈ ਤੇ ਉਹ ਗਰਮੀ ਦਾ ਅਹਿਸਾਸ ਜਾ ਹੋ ਜਾਂਦਾ ਹੈ ਤਾਂ ਰੋਗ ਦੇ ਫੈਲਣ ਦੇ ਜਿਆਦੇ ਚਾਂਸ ਹੋ ਜਾਂਦੇ ਆ ਜਿਵੇਂ ਤੁਹਾਨੂੰ ਦੱਸਾਂ ਦਿਨ ਦੇ ਤੇ ਰਾਤ ਦੇ ਤਾਪਮਾਨ ਦੇ ਵਿੱਚ ਅੰਤਰ ਹੋਵੇ ਤੇ ਰਾਤ ਨੂੰ ਆਪਣੇ ਜਿਹਨੂੰ ਔਸ ਕਹ ਦਿੰਦੇ ਆ ਜਿਹੜੇ ਪੱਤਿਆਂ ਦੇ ਦੱਬੇ ਜੇ ਬਣ ਜਾਂਣ ਬੂੰਦਾਂ ਦੇ ਰੂਪ ਦੇ ਵਿੱਚ ਉਦੋਂ ਇਹ ਰੋਗ ਹੋਣ ਦੇ ਜਿਆਦੇ ਚਾਂਸ ਹੁੰਦੇ ਆ ਤੇ ਬਿਮਾਰੀ ਨੁਕਸਾਨ ਕਰਦੀ ਹੈ ਅਰਕਿ ਹੁਣ ਘਬਰਾਉਣ ਦੇ ਕੋਈ ਜਾਦੇ ਹੈਣੀ ਸਿਸਟਮ ਵੀ ਹੁਣ ਨਾ ਤਾਂ ਇਹ ਰੋਕੇ ਤੁਹਾਨੂੰ ਸਿੱਧੇ ਜੀ ਗੱਲ ਦੱਸ ਦਿਆਂ ਤੇ ਨਾ ਹੀ ਵੀ ਸਪਰੇਅ ਕਰਨ ਦਾ ਇਸ ਤੇ ਫਾਇਦਾ ਕਿਉਂਕਿ ਹੁਣ ਆਪਣੀ ਜਿਹੜੀ ਕਣਕ ਹੈ ਉਹ ਆਪਾਂ 10-15 ਦਿਨਾਂ ਦੇ ਵਿੱਚ ਵੱਢ ਲੈਣੀ ਹੈ ਤੇ ਫਿਰ ਇਹ ਰੋਗ ਆਪਾਂ ਨਹੀਂ ਕਰ ਸਕਦੇ ਸਹੀ ਤੁਸੀਂ ਦੇਖ ਰਹੇ ਹੋ ਸਾਡੀ ਆਹ 2852 ਦੀ ਵੈਰਾਈਟੀ ਲੱਗੀ ਹੈ ਫਸਟ ਵਾਰ ਇਹ ਤੁਹਾਨੂੰ ਸਮੱਸਿਆ ਸਾਨੂੰ ਸਾਹਮਣਾ ਕਰਨਾ ਪੈ ਗਿਆ ਇਸ ਦਾ ਸਪਰੇ ਕੀਤੀ ਸੀ ਫੰਗੀ ਸਾਈਡ ਦੀ ਫਿਰ ਵੀ ਸਹੀ ਸਟੇਜ ਤੇ ਸਪਰੇ ਨਹੀਂ ਹੋ ਪਾਈ ਤਾਂ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕਣਕ ਦੇ ਵਿੱਚ ਝਾੜ ਵੀ ਘਟਾਉ ਹੈ ਇਹ ਰੋਗ ਪਰ ਹੁਣ ਅਗਲੇ ਜਿਹੜੇ ਤੋਂ ਧਿਆਨ ਰੱਖਣਾ ਸਾਥੀਓ ਜਿਨ੍ਹਾਂ ਦੇ ਵੀ ਇਹ ਸਮੱਸਿਆ ਆ ਗਈ ਜਦੋਂ ਵੀ ਕੋਈ ਨਵਾਂ ਸਮੱਸਿਆ ਆਉਂਦੀ ਹੈ ਤਾਂ ਕਿਸਾਨ ਨੂੰ ਦੱਸਣ ਲਈ ਆਪਾਂ ਤਤਪਰ ਰਹਿਣੇ ਆ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤਾਂ ਅੱਗੇ ਤੋਂ ਅੱਗੇ ਇਸ ਚੈਨਲ ਨੂੰ ਸ਼ੇਅਰ ਵੀ ਕਰ ਦਿਓ ਤਾਕੀ ਅਸੀਂ ਸਾਰੀ ਜਾਣਕਾਰੀ ਜਿਹੜੀ ਦਿੰਨੇ ਆ ਉਹ ਤੁਹਾਡੇ ਤਾਈ ਪਹੁੰਚ ਸਕਣ ਤੇ ਆ ਸਾਡੀ 2852 ਦੀ ਲੱਗੀ ਵੈਰਾਈਟੀ ਦੇਖ ਰਹੇ ਹਾਂ ਪਰ ਇਹਦੇ ਵਿੱਚ ਜਿਆਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਇਹਦੀ ਜਿਹੜੀ ਸਟੇਜ ਆ ਡਫ ਸਟੇਜ ਤੋਂ ਟੱਪ ਚੁੱਕੀ ਹੈ ਦਾਣਾ ਪੱਕਣ ਦੀ ਸਟੇਜ ਦੇ ਵਿੱਚ ਆ ਗਿਆ ਦਾਣਾ ਬਹੁਤ ਵਧੀਆ ਤਰੀਕੇ ਨਾਲ ਪੱਕ ਰਿਹਾ ਹੈ ਦੁੱਧ ਵਾਲੀ ਸਟੇਜ ਜਿਹੜੀ ਉਹ ਖਤਮ ਹੋ ਗਈ ਡਫ ਸਟੇਜ ਦੇ ਵਿੱਚ ਦਾਣਾ ਆ ਗਿਆ ਠੀਕ ਹੈ ਸਾਥੀਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ